ਅਸਲਾਮ ਅਲੈਕੁਮ ਜਨਾਬ, ਅਸੀਂ ਜਨਾਬ ਅੱਜ ਵਿਜ਼ਿਟ ਕਰ ਰਹੇ ਜੇ ਤਾਂਦਲਾ ਮੰਡੀ ਦਾ ਵਿਜ਼ਿਟ ਕਰਕੇ ਅਸੀਂ ਤੁਹਾਨੂੰ ਇਨਸ਼ਾਅੱਲਾ ਜਿਹੜੇ ਜਾਨਵਰ ਇੱਥੇ ਆਏ ਹੋਏ ਨੇ, ਖੂਬਸੂਰਤ ਜਾਨਵਰ ਜਿਹੜੇ ਆਏ ਨੇ ਜਨਾਬ ਵਿਕਣ ਵਾਸਤੇ, ਉਹ ਅਸੀਂ ਇਨਸ਼ਾਅੱਲਾ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਉਹ ਸ਼ੇਅਰ ਕਰਾਂਗੇ, ਤੁਹਾਨੂੰ ਦਿਖਾਵਾਂਗੇ। ਅਤੇ ਲਓ ਜਨਾਬ, ਇਹ ਜੇ ਮਾਸ਼ਾਅੱਲਾ ਘੋੜਾ ਜਿਹੜਾ ਕਿ ਫੋਰ ਸੇਲ ਹੈਗਾ, ਅਤੇ ਮਾਸ਼ਾਅੱਲਾ ਬਹੁਤ ਅੱਛੀ ਚੀਜ਼ ਹੈਗੀ ਹੈ। ਔਰ ਵਛੇਰਾ ਹੈਗਾ ਜੀ, ਹਾਲੇ ਅਸੀਂ ਤੁਹਾਨੂੰ ਦੱਸਣਾ ਕਹਿੰਦੀ ਕੀਮਤ ਕੀ ਹੈ, ਇਹਦੀ ਉਮਰ ਕੀ ਹੈ, ਹੋਰ ਵੀ ਗੱਲਾਂ ਇਹਦੇ ਬਾਰੇ 'ਚ ਤੁਹਾਨੂੰ ਅਸੀਂ ਦੱਸਦੇ ਹਾਂ। ਵੀਰ ਜੀ, ਇਹਦੇ ਕਿੰਨੀ ਕੁ ਉਮਰ ਹੈਗੀ ਇਹਦੀ? ਸਿਰਫ 5। ਅਤੇ ਪੈਸੇ ਜਨਾਬ ਕਿੰਨੇ ਦੇ? ਲਓ ਜੀ, 2 ਲੱਖ ਰੁਪਇਆ ਜਨਾਬ, 2 ਲੱਖ ਰੁਪਇਆ ਜਨਾਬ ਇਸ ਘੋੜੇ ਦਾ ਮੁੱਲ ਕਰਦੇ ਪਏ ਨੇ। ਅਤੇ ਘੋੜਾ ਵੀ ਤੁਹਾਨੂੰ ਅਸੀਂ ਦਿਖਾ ਦਿੰਦੇ, ਪਹਿਲਾਂ ਅਸੀਂ ਨੰਬਰ ਉਹਨਾਂ ਕੋਲ ਲੈ ਲੈਂਦੇ ਹਾਂ। ਵੀਰ ਜੀ, ਆਪਣਾ ਨੰਬਰ ਜ਼ਰਾ ਦੱਸਿਆ ਜੀ। 0304-49-38-779-772-772। ਅਤੇ ਆਪ ਨਾਮ ਇਸਮੇ ਗ੍ਰਾਮੀ? ਮੁਹੰਮਦ ਮਨਸ਼ਾ। ਅੱਛਾ, ਮੁਹੰਮਦ ਮਨਸ਼ਾ, ਉਹ ਦੂਸਰੇ ਵੀ ਤੇਰੇ ਨੇ? ਅਤੇ ਉਹਦੇ ਕਿੰਨੇ ਕਿੰਨੇ ਪੈਸੇ ਨੇ? 2 ਲੱਖ ਰੁਪਇਆ। ਹਾਂ, 1.5 ਲੱਖ। ਉਹ ਨਹੀਂ, ਉਹ ਪਰਾਂ ਜਿਹੜਾ ਵਛੇਰਾ ਵਛੇਰੀ ਹੈ। ਅੱਛਾ, ਉਹਦੇ ਕਿੰਨੇ ਪੈਸੇ? 1 ਲੱਖ ਰੁਪਇਆ ਜੀ। ਅੱਛਾ, ਉਹਦਾ 1 ਲੱਖ ਰੁਪਇਆ। ਅਤੇ ਉਰਲੀ ਦਾ? ਇਹਦਾ 1 ਲੱਖ 20 ਹਜ਼ਾਰ। ਨੰਬਰ ਤੁਹਾਡੇ ਕੋਲ ਆ ਗਿਆ ਜਨਾਬ, ਅਤੇ ਜਾਨਵਰ ਅਸੀਂ ਤੁਹਾਨੂੰ ਇਨਸ਼ਾਅੱਲਾ ਵਿਖਾ ਦਿੱਤਾ। ਅਤੇ ਵੀਡੀਓ ਅੱਛੀ ਲੱਗੀ ਹੋਵੇ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕੀਜੀਏਗਾ। ਅਤੇ ਮਜ਼ੀਦ ਜਿਹੜਾ ਹੈਗਾ ਜਨਾਬ, ਇਨਸ਼ਾਅੱਲਾ ਤੁਹਾਨੂੰ ਅਸੀਂ ਜਾਨਵਰ ਵਿਖਾ ਦਿੰਦੇ। ਇਹ ਘੋੜੀ ਵੀ ਤੁਹਾਨੂੰ ਵਿਖਾ ਦਿੰਦੇ, ਸਾਵੀ ਘੋੜੀ ਹੈ ਮਾਸ਼ਾਅੱਲਾ, ਚੌੜੇ ਚਗਾਠੇ ਵਾਲੀ ਡਬਲ ਬਾਡੀ ਦੀ ਘੋੜੀ ਹੈ। ਮਾਸ਼ਾਅੱਲਾ, ਖੂਬਸੂਰਤ ਚੀਜ਼ ਹੈਗੀ ਜਨਾਬ। ਅਤੇ 1,20,000 ਰੁਪਇਆ ਜਨਾਬ ਇਸ ਘੋੜੀ ਦਾ ਜਨਾਬ ਮੰਗ ਰਹੇ ਨੇ ਭਾਈ ਮਨਸ਼ਾ। ਅਤੇ ਇਹ ਜਿਹੜਾ ਇਹਦਾ ਕਿੰਨਾ ਮੰਗਿਆ ਸੀ? 1 ਲੱਖ ਰੁਪਇਆ। ਅਤੇ ਲਓ ਜਨਾਬ, ਇਹ ਵਛੇਰਾ ਜਿਹੜਾ ਹੈਗਾ ਜੀ, ਇਹਦੇ ਵਛੇਰੇ ਦਾ ਜਨਾਬ ਉਹਨਾਂ ਨੇ ਮੰਗਿਆ ਜੀ 1 ਲੱਖ ਰੁਪਇਆ। ਅਤੇ ਇਹ 1 ਲੱਖ ਰੁਪਇਆ। ਅਤੇ ਜਨਾਬ, ਵੀਡੀਓ ਅੱਛੀ ਲੱਗੀ ਹੋਵੇ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕੀਜੀਏਗਾ। ਇਨਸ਼ਾਅੱਲਾ ਨਈ ਵੀਡੀਓ ਦੇ ਵਿੱਚ ਫਿਰ ਮੁਲਾਕਾਤ ਹੋਵੇਗੀ ਤੁਹਾਡੇ ਨਾਲ। ਅੱਲਾ ਹਾਫਿਜ਼ ਜਨਾਬ।